ਨਿਸ਼ਾਨੀ ਫੌਜੀ ਮੋੜ ਕਾਲੀ ਕਾਨੂੰ ਹੱਲਾ ਮੋੜ ਦੇ ਨਿਸ਼ਾਨੀ ਫੌਜੀ ਮੋੜ ਕਾਲੀ ਕਾਨੂੰ ਨਵੇਂ ਪਰ ਸੁਣ ਦੇ ਤੂੰ ਗੱਲ ਆ ਦੇਣੀ ਹੁਣਵਾ ਮਿਠਾਏ ਦੇਗੀ ਵੀ ਜਹਾਨ ਦੇ ਮੁੰਡੇ ਦੇ ਨਾਲ ਦਾ ਦੇਣੀ ਹੁਣਵਾ ਮਿਠਾਏ ਦੇਗੀ ਵੀ ਜਹਾਨ ਦੇ ਮੁੰਡੇ ਦੇ ਨਾਲ ਦਾ ਦੇਣੀ ਹੁਣਵਾ ਮਿਠਾਏ ਦੇਗੀ ਮੈਂ ਤੁਹਾਨੂੰ
ਬੜੀਆਂ ਸੁਣਦੇ ਹੋ, ਤੁਹਾਡੀ ਗੁਰਡ ਦੀਆਂ ਰਿਕਾਰਡ ਹੋਈਆਂ, ਮੇਰੀਆਂ ਰਿਕਾਰਡ ਹੋਈਆਂ, ਹੋਰ ਬੜੇ ਵੱਡੇ ਕਲਾਕਾਰਾਂ ਦੀਆਂ ਰਿਕਾਰਡ ਹੋਈਆਂ, ਸੁਣਦੇ ਹੋ? ਸੱਤੀ ਪੁੱਲੂ ਦੀ, ਰਾਂਝਾ ਮਿਰਜ਼ਾ ਸਾਹਿਬਾਂ, ਹੋਰ ਕਈ ਲੋਕ ਆਖਾਂ ਵਾ। ਲੇਕਿਨ ਮੈਂ ਤੁਹਾਡੇ ਕੋਲ ਜਿਹੜੀ ਕਵੀ ਪੇਸ਼ ਕਰ ਰਹੀ ਹਾਂ, ਇਹ ਕਵੀ ਤੁਸੀਂ ਕਦੇ ਨਹੀਂ ਸੁਣੀ ਹੋਣੀ। ਇਹ ਮੇਰੀ ਰਿਕਾਰਡ ਹੋਈ, ਮੇਰੀ ਆਪਣੀ ਸਾਰੀ ਮੈਂ ਪੇਸ਼ ਕਰ ਰਹੀ ਹਾਂ। ਜਿਹੜੇ ਪੁਰਾਣੇ ਬਜ਼ੁਰਗ ਹਨ, ਉਹਨਾਂ ਨੂੰ ਇਸ ਸਟੋਰੀ ਦੇ ਵਾਸਤੇ ਪਤਾ ਹੈ। ਰਾਜਾ ਹਰੀਸ਼ ਚੰਦਰ ਮੁਰਦ ਘਾਟ ਵਿੱਚ ਨੌਕਰੀ ਕਰਦਾ, ਉਹ ਪਹਿਲਾਂ ਇੱਕ ਟਕਾ ਲੈ ਕੇ ਆ, ਮੇਰੇ ਪੁੱਤ ਦੀ ਲੋਕ ਨੂੰ ਮੈਂ ਤਾਂ ਦਬਾਊਂਗਾ। ਰਾਣੀ ਕੋਲ ਪੈਸੇ ਹੈ ਨੀ, ਤਾਂ ਜਿਹੜਾ ਰਾਜਾ ਸੀ ਉਹ ਆਪਣੇ ਧਰਮ ਦਾ ਬਹੁਤ ਪੱਕਾ ਸੀ, ਤਾਂ ਉਹ ਕਹਿੰਦਾ ਵੀ ਆਹ ਕੰਮ ਤਾਂ ਹੋਣਾ ਨੀ, ਤਾਂ ਉਹ ਬੱਚੇ ਦੀ ਲੋਕ ਲੈ ਕੇ ਦਾਦਰ ਮੰਗਦੀ ਫਿਰਦੀ। ਇੱਥੋਂ ਮੈਂ ਇਹ ਲੋਕ ਆਖਾਂ ਸ਼ੁਰੂ ਕਰਦੀ ਹਾਂ, ਤੁਸੀਂ ਮੇਰੇ ਵੱਲ ਕਿਹਾ ਕਿ ਹੱਥ ਲੋੜ ਕੇ ਨਾਲ।
ਕਰਦਾ ਰਹੇ ਬਗੈਰ ਇੱਕ ਨਾ ਜਾਵੇ ਤੇ ਆਪਣਾ ਨੀਰ।
ਲੋ ਜੀ ਬਾਈ
ਕਿ ਵੀਰ ਬੜੇ ਤਗੜੇ ਢੰਗ ਨਾਲ ਗਾਉਣਗੇ ਤੁਹਾਡੀ ਸੇਵਾ ਜਾਲ ਦੀ ਪਾਈ ਜੀ ਰਾਮ ਚੁੱਪ ਕੀਰਾ ਤੇਰੀ ਤੇ ਸਹਿਤ ਗੁੜੇ ਨਾਲੇ ਮਿੱਠੀ ਦੋਸਤ ਜਵਾਨੀ ਤੇ ਹਰ ਕੋਈ ਪੈਂਦਾ ਪਰ ਜਾਂਦੇ ਕਿਸੇ ਨਾ ਦਿੱਠੀ ਆਓ ਕੀ ਮਨਿਆ ਦੇ ਬੰਦਿਆ ਤੇਰੀ ਤੂੰ ਆਖਰ ਬਾਣਾ ਮਿੱਟੀ ਇਸ਼ਕ ਤੇ ਰਹਿੰਦਾ ਹੀ ਹਰ ਦਮ ਤਾਜ਼ਾ ਤੇ ਭਾਵੇਂ ਦਾੜੀ ਹੋ ਜਾਏ ਚਿੱਟੀ ਦੋਸਤ ਮੈਂ ਬਸ ਬੇਨਤੀ ਕਰਦਾ ਮੇਰਾ ਇੰਨੀ ਤੇ ਰਿਕਾਰਡ ਮੈਂ ਲਿਖਿਆ ਮਿੱਟੇ ਹਾਂ ਮੈਂ ਲਿਖਿਆ ਉਹਨਾਂ ਕੀਤਾ ਮੰਮਾ ਜੀ ਲਗਾਇਆ ਐਸ ਪੀ ਆਰ ਰਜਿਸਟਰ ਦਾ ਇੱਕ ਬੇਨਤੀ ਆ ਮੇਰੀ ਆਪਣੇ ਮਾਂ ਅੱਗੇ ਬਾਰੇ ਕਾਰਡ ਹੈ ਪੁੱਤ ਜੰਮਾ ਤੇ ਘਰ ਸਾਡੀ ਪੁੱਤ ਜੰਮਿਆ ਤੇ ਇੱਕ ਘਰ ਸਾਡੀ ਨੀ ਪੰਡਾਰ ਬੁਨ ਦੁਨੀਆ ਤੇ ਚੁਗਲ ਖੋਰ ਮੈਂ ਕਰਨੀ ਚੁਗਲੀ ਕੀ ਬਣਦਾ ਗੱਲਾਂ ਸੁਣੀਆ ਤੇ ਤੀਵੀਂ ਬਾਏ ਤਵਾਰ ਨਾ ਲੋਕੋ ਮੈਂ ਸੁਣਿਆ ਲੋਕਾਂ ਦੁਨੀਆ ਤੇ ਪੌੜੀ ਲਾ ਕੇ ਚਾੜ ਕੇ ਤੇ ਫੇਰ ਸਾਡੇ ਹਰ ਦਰਬਾਰ ਤੇ ਸੋਤੇ ਦੀ ਪਾਈਆਂ ਦੇ ਹੋਵਣਗੇ ਇੱਕ ਪਰ ਚਾਲ ਦੇ ਗੋਰੀ ਇੱਕ ਪਿਆਲਾ
ਲੈਂਦੀ ਕੁੜੀ ਪਾਰੀ ਮਾਰ ਜਾਣੀ ਕਰਦੀ ਕੁੜੀ ਪਾਰੀ ਮਾਰ ਜਾਣੀ ਕਰਦੀ ਲੱਗਿਆ।
ਤੋਂ ਅੱਖੀਆਂ ਮੋਰ